ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਖੜ੍ਹੇ ਹਾਂ ਜੀ ਦਯਾਪੁਰ ਵਿੰਡ ਮਿੱਲ ਪ੍ਰੋਜੈਕਟ, ਦਯਾਪੁਰ ਕੱਛ ਗੁਜਰਾਤ, ਲਖਪਤ ਦੇ ਨੇੜੇ। ਅਤੇ ਤੁਹਾਡੀ ਜਿੱਥੇ ਤੱਕ ਨਜ਼ਰ ਜਾਊਗੀ ਟਾਵਰ ਹੀ ਟਾਵਰ ਦੇਖਣਗੇ ਗ੍ਰੀਨ ਐਨਰਜੀ ਦੇ। ਸਰਕਾਰ ਦਾ ਸੁਪਨਾ ਕਿ ਗ੍ਰੀਨ ਐਨਰਜੀ ਹੋਣੀ ਚਾਹੀਦੀ, ਵਿੰਡ ਮਿਲ ਤੋਂ ਪੈਦਾ ਹੁੰਦੀ ਹੋਈ। ਇਹ ਘਮੇਸਾ ਦੇ ਆ ਜਿਹੜੇ ਸਾਹਮਣੇ, ਅਜੇ ਇਹਦੇ ਵਿੱਚ ਬਹੁਤ ਜਗ੍ਹਾ ਫਡੀਸ਼ਨ ਬਣੇ ਹੋਏ, ਉਹ ਸ਼ਾਇਦ ਅਗਲੇ ਪ੍ਰੋਜੈਕਟ ਵਿੱਚ ਹੋਰ ਲੱਗਣਗੇ। ਆਈਨੋਕਸ ਦਾ ਆ ਘਮੇਸਾ ਦਾ, ਇੱਥੇ ਵੀ ਇੱਕ ਕਰਕੇ ਹਟੇ ਹਾਂ ਆਈਨੋਕਸ ਦਾ 91 ਮੀਟਰ ਦਾ। ਇਹਦੀ 20 ਸਾਲ ਦੀ ਗਰੰਟੀ ਹੁੰਦੀ ਆ, ਅਤੇ ਫਡੀਸ਼ਨ ਦੀ ਫਡੀਸ਼ਨ ਦੇ ਵਿੱਚ ਇਹ ਪਤਾ ਨਹੀਂ ਕੀ ਕੈਮੀਕਲ ਪਾ ਕੇ ਗਏ ਆ ਹੁਣ, ਬਲੈਕ ਕਲਰ ਦਾ, ਸਮੈਲ ਹੀ ਬੜੀ ਵਧੀਆ ਆ ਰਹੀ ਇਹਦੀ। ਹੁਣ ਇਹ ਮਿੱਟੀ ਪਾ ਕੇ ਇਹਨੂੰ ਬੈਕ ਫਿਲਿੰਗ ਕਰ ਦੇਣਗੇ। ਫਿਰ ਫਡੀਸ਼ਨ 20 ਸਾਲ ਤੱਕ ਵਧੀਆ ਰਹੂਗਾ। ਇਹ ਘਮੇਸਾ ਦਾ, ਇਹਦੀ ਹਾਈਟ 127 ਮੀਟਰ ਆ। ਜਿੱਦਾਂ ਇੰਡੀਆ 'ਚ ਸੁਜਲੋਨ ਵੀ ਲਾਉਂਦੀ ਆ, ਪਰ ਸੁਜਲੋਨ ਦਾ ਇੱਧਰ ਪ੍ਰੋਜੈਕਟ ਨਹੀਂ ਹੈ ਕੋਈ। ਸੁਜਲੋਨ ਦੇ ਉਹ ਦੂਰ ਲੱਗੇ ਹੋਏ ਆ, ਜੇ ਦਿਖਣੇ ਨਹੀਂ ਇੱਥੋਂ ਕੈਮਰੇ 'ਚ ਨਹੀਂ ਹੋਣੇ। ਹਰ 100 ਮੀਟਰ, 150 ਮੀਟਰ, 100 ਨਹੀਂ, 500 ਮੀਟਰ, 300 ਮੀਟਰ, 500 ਮੀਟਰ ਦੀ ਦੂਰੀ ਦੇ ਉੱਤੇ, 300 ਤੋਂ 500 ਮੀਟਰ, 600 ਮੀਟਰ ਦੀ ਦੂਰੀ ਦੇ ਟਾਵਰ ਹੈਗੇ ਆ। ਬਾਕੀ ਜਿਹੜੀ ਜਗ੍ਹਾ 'ਤੇ ਨਹੀਂ ਹੈਗੇ ਉਹ ਵੀ ਥੋੜ੍ਹੇ ਟਾਈਮ 'ਤੇ ਲੱਗ ਜਾਣਗੇ। ਉਹ ਆ ਸੁਜਲੋਨ ਦਾ ਇੱਕ, ਨਹੀਂ ਉੱਥੇ ਤੱਕ ਕੈਮਰਾ ਨਹੀਂ ਪਹੁੰਚ ਰਿਹਾ। ਹਾਂ ਥੱਲੇ ਹਾਈਬ੍ਰਿਡ ਜਿਹੜਾ ਇੱਧਰ ਪਹਾੜੀ ਦੇ ਉੱਤੇ ਦਿਖਦੇ ਆ। ਇਹ ਲਖਪਤ ਨੂੰ ਰੋਡ ਜਾਂਦਾ ਉੱਥੇ ਆ, ਇੱਧਰ ਨੂੰ ਅੱਗੇ ਉਹ ਸਮੁੰਦਰ ਆ ਗੈਰ ਪਈ, ਉਹ ਲਾਸਟ ਟਾਵਰ ਉੱਤੋਂ ਅੱਗੇ 500 ਮੀਟਰ 'ਤੇ ਸਮੁੰਦਰ ਆ। ਬਾਕੀ ਇੱਥੇ ਖੇਤੀ ਘੱਟ ਹੁੰਦੀ ਆ, ਇੱਦਾਂ ਦੇ ਕੰਡਿਆਲੇ ਜੇ ਆ, ਦਰਖਤ ਆ, ਵਿੱਚ ਵਿੱਚ ਖੇਤੀ ਹੈ ਵੀ ਆ, ਪਹਾੜੀ ਏਰੀਆ ਸਾਰਾ। ਸ਼ਾਮ ਢਲਣ ਵਾਲੀ, ਬੜਾ ਵਧੀਆ ਮੌਸਮ ਆ, ਸੂਰਜ ਦੇਖੋ। ਮਿੱਲ ਪ੍ਰੋਜੈਕਟ ਇਹ ਸਾਈਡ ਨੂੰ ਬਹੁਤ ਜ਼ਿਆਦਾ ਡਿਵੈਲਪਮੈਂਟ ਕਰ ਰਹੀ ਹੈ ਸਰਕਾਰ, ਵਿੱਚ ਗ੍ਰੀਨਕੋ ਦੇ ਵੀ ਟਾਵਰ ਆ, ਵਿੱਚ ਸੈਨਵੋਨ ਕੰਪਨੀ ਦੇ ਵੀ ਆ। ਆਈਨੋਕਸ ਵਿੰਡ ਘਮੇਸਾ, ਇਹਦੇ ਵਿੱਚ ਮੇਨ ਕਸਟਮਰ ਆ ਅਡਾਨੀ, ਅਡਾਨੀ ਗ੍ਰੀਨ ਐਨਰਜੀ, ਅਲਫਨਾਰ, ਟੋਰੈਂਟ ਪਾਵਰ, ਕੋਨੈਂਟਮ, NTPC, ਕੌਂਟੀਨਮ, NTPC, ਹੋਰ ਵੀ ਬਹੁਤ ਕਸਟਮਰ ਜਿਹੜੇ ਲਗਵਾ ਰਹੇ ਜ਼ਿਆਦਾ। ਪਰ ਇਹ ਸਾਈਡ 'ਤੇ ਅਡਾਨੀ ਗ੍ਰੀਨ ਐਨਰਜੀ ਦੇ ਟਾਵਰ। ਓਕੇ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।